ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਅੱਜ ਤੁਹਾਡੇ ਲਈ ਅਧੂਰੀ ਪ੍ਰੇਮ ਕਹਾਣੀ ਕਹਾਣੀ ਦਾ ਤੀਸਰਾ ਭਾਗ ਪੇਸ਼ ਕਰਨ ਜਾ ਰਹੇ ਹਾਂ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਕਰਦੇ ਹਾਂ ਸ਼ੁਰੂ ਕਹਾਣੀ। ਰਵੀ ਦੀਆਂ ਪਿਛਲੀਆਂ 4 ਫਸਲਾਂ ਬਹੁਤ ਵਧੀਆ ਹੋਈਆਂ। ਉਸ ਦੀ ਮਿਹਨਤ ਨੂੰ ਬਹੁਤ ਫਲ ਲੱਗਿਆ। ਉਸ ਨੇ ਪਿਤਾ ਜੀ ਵੱਲੋਂ ਲਿਆ ਕਾਫੀ ਕਰਜ਼ਾ ਮੋੜ ਦਿੱਤਾ ਸੀ। ਇਸ ਵਾਰ ਕਣਕ ਦਾ ਝਾੜ ਬਹੁਤ ਵਧੀਆ ਨਿਕਲਿਆ ਸੀ। ਉਸ ਦੀ ਕਾਫੀ ਕਣਕ ਬੀਜ ਵੱਲੋਂ ਹੀ ਵਿਕ ਗਈ ਸੀ। ਪਹਿਲਾਂ ਉਸਨੇ ਨਰਮੇ ਦਾ ਵੀ ਬੀਜ ਵੇਚਿਆ ਸੀ। ਬੀਜ ਵੇਚਣ ਨਾਲ ਉਸਦੀ ਕਮਾਈ ਦੁੱਗਣੀ ਹੋ ਗਈ ਸੀ। ਇੱਕ ਕੰਮ ਉਸਨੇ ਹੋਰ ਕੀਤਾ, ਪਿੰਡ ਦੇ ਇੱਕ ਹੈਂਡੀਕੈਪ ਬੰਦੇ ਨੂੰ ਸਰਕਾਰੀ ਡੈਰੀ ਆਪਣੀ ਬੈਠਕ ਵਿੱਚ ਖੁਲਵਾ ਦਿੱਤੀ। ਇਸ ਨਾਲ ਉਸਦਾ ਆਪਣਾ ਦੁੱਧ ਅਤੇ ਹੋਰ ਪਿੰਡ ਵਾਲਿਆਂ ਦੇ ਦੁੱਧ ਚੰਗੇ ਭਾਅ ਵਿੱਚ ਵਿਕਣ ਲੱਗ ਗਿਆ। ਉਸਦਾ ਰੇਟ ਫੈਟ ਮੁਤਾਬਕ ਮਿਲਣ ਲੱਗ ਗਿਆ। ਦੁੱਧ ਦੀ ਆਮਦਨ ਨਾਲ ਉਹ ਖੇਤੀ ਦਾ ਅਤੇ ਘਰ ਦਾ ਖਰਚਾ ਚਲਾਉਂਦਾ। ਫਸਲ ਸਾਰੀ ਉਹ ਬਚਾ ਲੈਂਦਾ। ਉਸ ਨੂੰ ਖੇਤੀ ਦੀ ਚੰਗੀ ਸਮਝ ਹੋ ਗਈ। ਪਿੰਡ ਵਾਲੇ ਵੀ ਉਸ ਤੋਂ ਸਲਾਹ ਲੈਂਦੇ। ਪਹਿਲਾਂ ਪਿੰਡ ਵਾਲੇ ਦਵਾਈਆਂ ਵਾਲੇ ਡੀਲਰਾਂ ਦੀ ਸਲਾਹ ਨਾਲ ਨਰਮੇ 'ਤੇ ਸਪਰੇ ਕਰਦੇ ਸਨ, ਪਰ ਹੁਣ ਉਹ ਰਵੀ ਨੂੰ ਪੁੱਛ ਕੇ ਉਸੇ ਕੰਪਨੀ ਦੀ ਸਪਰੇ ਕਰਦੇ। ਉਸ ਦੀ ਸਲਾਹ ਲੈਣ ਕਰਕੇ ਉਹਨਾਂ ਦੀ ਫਸਲ ਵੀ ਚੰਗੀ ਹੋਣ ਲੱਗ ਗਈ। ਪੇਪਰਾਂ ਦਾ ਰਿਜ਼ਲਟ ਆ ਗਿਆ। ਸਿਮਰਨ, ਮਨਜੀਤ ਅਤੇ ਰਵੀ ਚੰਗੇ ਨੰਬਰਾਂ ਨਾਲ ਪਾਸ ਹੋਏ। ਉਹਨਾਂ ਅਗਲੀ ਕਲਾਸ ਵਿੱਚ ਦਾਖਲਾ ਲੈ ਲਿਆ ਸੀ। ਸਿਮਰ ਅਤੇ ਮਨਜੀਤ ਦਾ ਇਹ 4th ਸਾਲ ਸੀ ਅਤੇ ਰਵੀ ਦਾ 3rd। ਸਿਮਰ ਅਤੇ ਰਵੀ ਦਾ ਚਿੱਠੀ ਪੱਤਰ ਜਾਰੀ ਰਿਹਾ। ਕਈ ਵਾਰ ਰਵੀ ਸ਼ਹਿਰ ਆ ਕੇ ਸਿਮਰ ਨੂੰ ਮਿਲ ਵੀ ਗਿਆ ਸੀ। ਕਾਲਜ ਖੁੱਲ੍ਹ ਗਏ। ਸਿਮਰ ਅਤੇ ਰਵੀ ਦੀ ਕਾਲਜ ਵਿੱਚ ਪਹਿਚਾਣ ਸੀ। ਇਸ ਵਾਰ ਸਰਕਾਰ ਨੇ ਸਟੂਡੈਂਟ ਯੂਨੀਅਨ ਦੀਆਂ ਵੋਟਾਂ ਨਾ ਕਰਵਾਉਣ ਦਾ ਫੈਸਲਾ ਕੀਤਾ, ਕਿਉਂਕਿ ਸੂਬੇ ਦੇ ਹਾਲਾਤ ਖਰਾਬ ਹੋ ਰਹੇ ਸਨ। ਰਵੀ ਪ੍ਰਧਾਨ ਹੀ ਚੱਲਿਆ ਆ ਰਿਹਾ ਸੀ। ਇਸ ਸਾਲ ਵਿਦਿਆਰਥੀਆਂ ਨੂੰ ਕੋਈ ਖਾਸ ਪਰੇਸ਼ਾਨੀ ਨਹੀਂ ਸੀ। ਰਵੀ ਨੇ ਵੀ ਆਪਣੀ ਫਸਲ 'ਤੇ ਵੱਧ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਇਸ ਵਾਰ ਵੀ ਉਸ ਨੇ ਨਰਮੇ ਦੀਆਂ 2 ਵਧੀਆ ਕਿਸਮਾਂ ਬੀਜੀਆਂ ਸਨ। ਉਸ ਨੂੰ ਪੂਰੀ ਆਸ ਸੀ ਵੀ ਇਸ ਵਾਰੀ ਵੀ ਉਸ ਦੇ ਨਰਮੇ ਦਾ ਭਾਅ ਚੰਗੇ ਪੈਸੇ ਦੇ ਕੇ ਜਾਵੇਗਾ। ਉਸ ਲਈ ਉਸ ਨੇ ਆਪਣੀ ਫਸਲ ਵੱਲ ਧਿਆਨ ਵੱਧ ਕਰ ਦਿੱਤਾ। ਦੂਜੇ ਪਾਸੇ ਸਿਮਰ ਦੇ ਪਿਤਾ ਬਘੇਲ ਸਿੰਘ ਵੀ ਬਹੁਤ ਬਿਮਾਰ ਹੋ ਗਏ। ਬਘੇਲ ਸਿੰਘ ਦੇ ਵੱਡੇ ਮੁੰਡੇ ਨੇ ਜਾਣਬੁੱਝ ਕੇ ਆਪਣੀ ਬਦਲੀ ਦੂਸਰੇ ਸ਼ਹਿਰ ਕਰਵਾ ਲਈ ਅਤੇ ਉਹ ਆਪਣੇ ਪਰਿਵਾਰ ਨੂੰ ਆਪਣੇ ਨਾਲ ਲੈ ਗਿਆ। ਬਘੇਲ ਸਿੰਘ ਦਾ ਛੋਟਾ ਮੁੰਡਾ ਜੋ ਟਰੱਕ ਚਲਾਉਂਦਾ ਸੀ ਉਹ ਕਲਕੱਤੇ ਸੈੱਟ ਹੋ ਗਿਆ। ਜੋ ਆਦਮੀ ਉਸ ਨੂੰ ਕਲਕੱਤੇ ਲੈ ਕੇ ਗਿਆ ਸੀ ਉਸ ਨੇ ਆਪਣੀ ਕੁੜੀ ਦਾ ਵਿਆਹ ਉਸ ਨਾਲ ਕਰ ਦਿੱਤਾ। ਸਿਮਰ ਦਾ ਛੋਟਾ ਭਰਾ ਪੱਕੇ ਤੌਰ 'ਤੇ ਹੀ ਕਲਕੱਤੇ ਚਲਾ ਗਿਆ। ਬਘੇਲ ਸਿੰਘ ਦੀ ਦੇਖਭਾਲ ਲਈ ਸਿਰਫ ਉਸ ਦੀ ਪਤਨੀ ਅਤੇ ਧੀ ਸਿਮਰ ਰਹਿ ਗਈਆਂ। ਸਿਮਰ ਦਾ ਵੀ ਕਾਲਜ ਆਉਣਾ ਘੱਟ ਹੋ ਗਿਆ। ਜੇ ਆਉਂਦੀ ਵੀ ਤਾਂ ਜਲਦੀ ਚਲੀ ਜਾਂਦੀ। ਉਸ ਦੇ ਪਿਤਾ ਜੀ ਦੀ ਤਬੀਅਤ ਹੋਰ ਖਰਾਬ ਹੋ ਗਈ। ਇਲਾਜ ਵਾਸਤੇ ਬਹੁਤ ਪੈਸਾ ਚਾਹੀਦਾ ਸੀ। ਉਹਨਾਂ ਮਾਵਾਂ ਧੀਆਂ ਕੋਲ ਪੈਸੇ ਨਹੀਂ ਸਨ। ਸਿਮਰ ਦੀ ਇਸ ਹਾਲਤ ਬਾਰੇ ਰਵੀ ਨੂੰ ਮਨਜੀਤ ਤੋਂ ਪਤਾ ਲੱਗਿਆ। ਉਹ ਤੁਰੰਤ ਮਨਜੀਤ ਨੂੰ ਲੈ ਕੇ ਸਿਮਰ ਦੇ ਘਰ ਉਸ ਦੇ ਪਿਤਾ ਦਾ ਪਤਾ ਲੈਣ ਗਿਆ। ਰਵੀ ਨੂੰ ਆਪਣੇ ਘਰ ਵੇਖ ਕੇ ਸਿਮਰ ਬਹੁਤ ਰੋਈ। ਉਹ ਸੋਚ ਰਹੀ ਸੀ, ਰਵੀ ਪਹਿਲੀ ਵਾਰ ਸਾਡੇ ਘਰ ਆਇਆ ਅਤੇ ਉਹ ਵੀ ਇਹਨਾਂ ਹਾਲਾਤਾਂ ਵਿੱਚ। ਰਵੀ ਹੁਣ ਹਰ ਰੋਜ਼ ਵਾਂਗ ਸਿਮਰ ਦੇ ਘਰ ਜਾਣ ਲੱਗ ਗਿਆ। ਸਿਮਰ ਦੀ ਮਾਂ ਨੂੰ ਵੀ ਉਹ ਚੰਗਾ ਲੱਗਦਾ ਸੀ। ਰਵੀ ਨੇ ਸਿਮਰ ਦੀ ਪੈਸਿਆਂ ਵੱਲੋਂ ਵੀ ਬਹੁਤ ਮਦਦ ਕੀਤੀ। ਸਿਮਰ ਭਾਵੇਂ ਇਹ ਮਦਦ
ਨਹੀਂ ਲੈਣਾ ਚਾਹੁੰਦੀ ਸੀ, ਪਰ ਰਵੀ ਨੇ ਇਹ ਕਹਿ ਕੇ ਉਸ ਦਾ ਮੂੰਹ ਬੰਦ ਕਰ ਦਿੱਤਾ ਵੀ ਇਹ ਮੇਰੇ ਵੀ ਕੁਝ ਲੱਗਦੇ ਨੇ। ਸਿਮਰ ਅਤੇ ਰਵੀ ਕਾਲਜ ਜਾਂਦੇ ਰਹੇ। ਇਸ ਵਾਰ ਨਾ ਸਿਮਰ ਨੇ ਅਤੇ ਨਾ ਹੀ ਰਵੀ ਨੇ ਯੂਥ ਫੈਸਟੀਵਲ ਦੇ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਅਮਨਦੀਪ ਸਰ ਅਤੇ ਦਿਲਪ੍ਰੀਤ ਮੈਡਮ ਨੇ ਬਹੁਤ ਜ਼ੋਰ ਪਾਇਆ ਪਰ ਉਹ ਨਾ ਮੰਨੇ। ਇਸ ਵਾਰ ਅਮਨਦੀਪ ਸਰ ਅਤੇ ਉਹਨਾਂ ਦੀ ਟੀਮ 'ਚ ਉਤਸ਼ਾਹ ਨਹੀਂ ਸੀ। ਉਹਨਾਂ ਦੀ ਟੀਮ ਦੇ ਦੋ ਮੇਨ ਮੈਂਬਰ ਇਸ ਵਾਰ ਉਹਨਾਂ ਨਾਲ ਨਹੀਂ ਸਨ। ਮਨਜੀਤ ਗਿੱਧੇ ਦੀ ਕਪਤਾਨ ਸੀ, ਉਸ ਦਾ ਟੀਮ ਵੀ ਚੰਗੀ ਸੀ ਪਰ ਕਿਉਂਕਿ ਉਤਸ਼ਾਹ ਨਹੀਂ ਸੀ ਇਸ ਲਈ ਟੀਮ ਦੀ ਕੋਈ ਪੁਜੀਸ਼ਨ ਨਾ ਆਈ। ਰਵੀ ਦੀ ਫਸਲ ਉਸ ਦੀ ਆਸ ਤੋਂ ਵੀ ਵੱਧ ਚੰਗੀ ਸੀ। ਉਸ ਦੀ ਡੈਰੀ ਨੇ ਵੀ ਰਿਕਾਰਡ ਤੋੜ ਦੁੱਧ ਦਾ ਉਤਪਾਦਨ ਕੀਤਾ। ਉਹਨਾਂ ਦੇ ਪਿੰਡ ਵਾਲੀ ਸਰਕਾਰੀ ਡੈਰੀ ਨੇ ਪਹਿਲਾ ਸਥਾਨ ਹਾਸਲ ਕੀਤਾ। ਸਿਮਰ ਦੇ ਪਾਪਾ ਦੀ ਤਬੀਅਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਸੀ। ਰਵੀ ਨੇ ਉਹਨਾਂ ਨੂੰ ਕਿਸੇ ਵੱਡੇ ਹਸਪਤਾਲ ਵਿਖਾਉਣ ਦੀ ਸਲਾਹ ਦਿੱਤੀ। ਉਹ ਮਾਵਾਂ ਧੀਆਂ ਖਰਚੇ ਤੋਂ ਝਿਜਕਦੀਆਂ ਸਨ ਪਰ ਰਵੀ ਨੇ ਉਹਨਾਂ ਦੀ ਇੱਕ ਨਾ ਸੁਣੀ ਅਤੇ ਉਹ ਐਂਬੂਲੈਂਸ ਕਰਵਾ ਕੇ ਸਿਮਰ ਦੇ ਪਾਪਾ ਨੂੰ ਲੁਧਿਆਣਾ ਲੈ ਗਏ। ਸਿਮਰ ਅਤੇ ਉਸ ਦੀ ਮਾਤਾ ਵੀ ਨਾਲ ਸਨ। ਉੱਥੇ ਵੱਡੇ ਹਸਪਤਾਲ ਵਿੱਚ ਉਹਨਾਂ ਨੂੰ ਦਾਖਲ ਕਰਵਾ ਦਿੱਤਾ। ਰਵੀ, ਸਿਮਰ ਅਤੇ ਉਸ ਦੀ ਮਾਂ ਨੇ ਬਾਹਰ ਇੱਕ ਕਮਰਾ ਕਿਰਾਏ 'ਤੇ ਲੈ ਲਿਆ। ਹਸਪਤਾਲ ਦੇ ਬਾਕੀ ਸਾਰਾ ਖਰਚਾ ਰਵੀ ਨੇ ਕੀਤਾ। ਦੋ ਦਿਨ ਬਾਅਦ ਉਹਨਾਂ ਨੂੰ ਉੱਥੇ ਛੱਡ ਰਵੀ ਪਿੰਡ ਵਾਪਸ ਆ ਗਿਆ। ਉਸ ਨੂੰ ਆਪਣੀ ਫਸਲ ਦੀ ਵੀ ਚਿੰਤਾ ਸੀ। ਕਾਲਜ ਉਹ ਘੱਟ ਵੱਧ ਜਾਂਦਾ। ਉਸ ਨੇ ਪ੍ਰਿੰਸੀਪਲ ਨੂੰ ਬੇਨਤੀ ਕਰਕੇ ਸਿਮਰ ਦੇ ਲੈਕਚਰਾਂ ਇਸ ਦਾ ਇੰਤਜ਼ਾਮ ਕਰ ਦਿੱਤਾ। ਦੋ ਦਿਨ ਪਿੰਡ ਲਾ ਕੇ ਆਪਣੀ ਫਸਲ ਦਾ ਕੰਮ ਸੀਰੀਆਂ ਨੂੰ ਸਮਝਾ ਉਹ ਵਾਪਸ ਲੁਧਿਆਣਾ ਚਲਾ ਗਿਆ। ਸਿਮਰ ਦੇ ਪਾਪਾ ਦੀ ਤਬੀਅਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਸਿਮਰ ਅਤੇ ਉਸ ਦੀ ਮਾਂ ਵੀ ਹੌਸਲਾ ਛੱਡ ਰਹੀਆਂ ਸਨ ਪਰ ਰਵੀ ਨੇ ਉਹਨਾਂ ਨੂੰ ਹੌਸਲਾ ਦਿੱਤਾ। ਪੁੱਤ, ਜੇ ਤੂੰ ਸਾਡੀ ਬਾਂਹ ਨਾ ਫੜਦਾ ਤਾਂ ਸਾਡਾ ਪਤਾ ਨਹੀਂ ਕੀ ਹੋਣਾ ਸੀ। ਢਿੱਡੋਂ ਜੰਮੇ ਤਾਂ ਧੋਖਾ ਦੇ ਗਏ, ਸਿਮਰ ਦੀ ਮਾਂ ਨੇ ਰੋ ਰੋ ਕੇ ਰਵੀ ਨੂੰ ਕਿਹਾ। ਮਾਂ ਜਵਾਈ ਵੀ ਪੁੱਤ ਵਰਗੇ ਹੀ ਹੁੰਦੇ ਨੇ। ਰਵੀ ਦੇ ਮੂੰਹੋਂ ਅਚਾਨਕ ਨਿਕਲ ਗਿਆ। ਸਿਮਰ ਦੀ ਮਾਂ ਰਵੀ ਦੇ ਮੂੰਹ ਵੱਲ ਵੇਖਦੀ ਰਹੀ। ਸਿਮਰ ਨੇ ਮਾਂ ਨੂੰ ਦੱਸ ਦਿੱਤਾ ਵੀ ਅਸੀਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਾਂ। ਮਾਂ ਨੇ ਕੁਝ ਨਾ ਕਿਹਾ, ਬਸ ਸਿਮਰ ਦੇ ਸਿਰ 'ਤੇ ਹੱਥ ਫਿਰ ਰੋਣ ਲੱਗ ਗਈ। ਅਗਲੇ ਦਿਨ ਸਿਮਰ ਦੇ ਪਾਪਾ ਦੀ ਤਬੀਅਤ ਹੋਰ ਖਰਾਬ ਹੋ ਗਈ। ਡਾਕਟਰਾਂ ਦੇ ਲੱਖ ਯਤਨ ਵੀ ਕੰਮ ਨਾ ਆਏ ਅਤੇ ਬਘੇਲ ਸਿੰਘ ਦੀ ਮੌਤ ਹੋ ਗਈ। ਸਿਮਰ ਅਤੇ ਉਸ ਦੀ ਮਾਂ ਦੇ ਸਿਰ ਤਾਂ ਦੁੱਖਾਂ ਦਾ ਪਹਾੜ ਟੁੱਟ ਪਿਆ। ਰਵੀ ਨੇ ਹਸਪਤਾਲ ਦੇ ਬਿੱਲ ਉਤਾਰੇ ਅਤੇ ਐਂਬੂਲੈਂਸ ਕਰਾ ਕੇ ਉਹਨਾਂ ਨੂੰ ਵਾਪਸ ਉਹਨਾਂ ਦੇ ਘਰ ਲਿਆਂਦਾ। ਸਿਮਰ ਆਪਣੇ ਪਾਪਾ ਦੀ ਮੌਤ ਤੋਂ ਬਾਅਦ ਟੁੱਟ ਚੁੱਕੀ ਸੀ ਪਰ ਰਵੀ ਅਤੇ ਮਨਜੀਤ ਨੇ ਉਹਨਾਂ ਨੂੰ ਹੌਸਲਾ ਦਿੱਤਾ। ਕੁਝ ਦਿਨ ਬੀਤਣ ਤੋਂ ਬਾਅਦ ਸਿਮਰ ਨੇ ਕਾਲਜ ਆਉਣਾ ਸ਼ੁਰੂ ਕਰ ਦਿੱਤਾ। ਰਵੀ ਨੇ ਉਸ ਨੂੰ ਕਿਹਾ ਵੀ ਉਹ ਉਸ ਦਾ ਆਖਰੀ ਸਾਲ ਹੈ। ਜੇ ਉਹ ਚੰਗੇ ਨੰਬਰ ਲੈ ਕੇ ਪਾਸ ਹੋ ਗਈ ਤਾਂ ਉਸ ਦੇ ਪਿਤਾ ਜੀ ਦੀ ਆਤਮਾ ਨੂੰ ਸਕੂਨ ਮਿਲੂ। ਸਿਮਰ ਨੇ ਫਿਰ ਪੜ੍ਹਾਈ ਵਿੱਚ ਮਨ ਲਾਇਆ ਪਰ ਹੁਣ ਹਰ ਵਕਤ ਉਸ ਦੇ ਦਿਮਾਗ ਵਿੱਚ ਰਵੀ ਹੀ ਰਹਿੰਦਾ ਸੀ। ਹੁਣ ਉਹ ਜ਼ਿਆਦਾ ਗੱਲ ਵੀ ਨਹੀਂ ਸੀ ਕਰਦੀ। ਮਨਜੀਤ ਨਾਲ ਜ਼ਰੂਰ ਦਿਲ ਦੀਆਂ ਗੱਲਾਂ ਕਰ ਲੈਂਦੀ ਸੀ। ਤੇਰਾ ਭਰਾ ਤਾਂ ਦੇਵਤਾ ਹੈ ਮਨਜੀਤ, ਮੇਰੇ ਸਕੇ ਭਰਾਵਾਂ ਨੇ ਪਿਓ ਦੀ ਸਾਰ ਨਾ ਲਈ ਪਰ ਰਵੀ ਉਹਨਾਂ ਨੂੰ ਲੁਧਿਆਣੇ ਲੈ ਕੇ ਗਿਆ। ਮਨਜੀਤ ਹਜ਼ਾਰਾਂ ਰੁਪਏ ਖਰਚੇ। ਉਸ ਨੇ ਇੰਨਾ ਕਹਿੰਦੀ ਸਿਮਰ ਫਿੱਸ ਪਈ। ਮਨਜੀਤ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਸਮਝਾਇਆ, ਉਹ ਵੀ ਤੇਰਾ ਆਪਣਾ ਹੈ, ਤੇਰਾ ਪਿਆਰ ਹੈ। ਉਹ
ਮਨਜੀਤ ਮੈਨੂੰ ਆਪਣੇ ਪਿਆਰ ਤੇ ਮਾਣ ਹੈ। ਮਨਜੀਤ ਨੇ ਉਸ ਨੂੰ ਪੜ੍ਹਾਈ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ। ਰਵੀ ਦੀ ਫਸਲ ਉਸ ਦੀ ਆਸ ਮੁਤਾਬਕ ਹੋਈ। ਉਸ ਨੇ ਕਣਕ ਦੀਆਂ ਵੀ ਵਧੀਆ ਕਿਸਮਾਂ ਬੀਜੀਆਂ। ਇਸ ਵਾਰ ਉਸ ਨੇ ਨਰਮੇ ਦੀ ਸਾਰੀ ਫਸਲ ਬੀਜ ਬਣਾ ਕੇ ਹੀ ਵੇਚੀ। ਨਰਮੇ ਤੋਂ ਬਣੀ ਰੂੰ ਉਸ ਨੇ ਕੋਟਕਪੂਰੇ ਦੇ ਵਪਾਰੀਆਂ ਨੂੰ ਵੇਚੀ। ਉਸ ਨੂੰ ਕਾਫੀ ਆਮਦਨ ਹੋਈ। ਉਸ ਦਾ ਸਾਰਾ ਪਰਿਵਾਰ ਉਸ ਦੀ ਸਖ਼ਤ ਮਿਹਨਤ ਉੱਤੇ ਸਿਆਣਪ ਅਤੇ ਮਾਣ ਕਰਦਾ ਸੀ। ਤੀਸਰੇ ਸਾਲ ਦੇ ਪੇਪਰ ਆ ਗਏ। ਰਵੀ ਅਤੇ ਸਿਮਰ ਨੇ ਪੇਪਰਾਂ ਦੀ ਖੂਬ ਤਿਆਰੀ ਕੀਤੀ ਸੀ। ਪੇਪਰ ਬਹੁਤ ਵਧੀਆ ਹੋਏ। ਰਵੀ ਦੇ ਰਿਸ਼ਤੇ 'ਚੋਂ ਮਾਮਾ ਜੀ ਰੋਹਤਕ ਰਹਿੰਦੇ ਸਨ। ਇਹ ਰਵੀ ਦੀ ਚਾਚੀ ਜੀ ਦੇ ਭਰਾ ਸਨ। ਉਹ ਪਿੰਡ ਰਵੀ ਦੇ ਚਾਚਾ ਜੀ ਦੇ ਘਰ ਆਪਣੀ ਭੈਣ ਨੂੰ ਮਿਲਣ ਆਏ। ਉਹਨਾਂ ਇੱਧਰੋਂ ਉੱਧਰੋਂ ਰਵੀ ਦੀ ਕਾਫੀ ਪ੍ਰਸ਼ੰਸਾ ਸੁਣੀ। ਸਾਰੇ ਪਿੰਡ ਵਾਲੇ ਰਵੀ ਦੀ ਬਹੁਤ ਪ੍ਰਸ਼ੰਸਾ ਕਰਦੇ ਸਨ। ਉਸ ਦੇ ਕੰਮ ਹੀ ਸਲਾਹੁਣ ਯੋਗ ਸਨ। ਉਸ ਦੀ ਇੰਨੀ ਪ੍ਰਸ਼ੰਸਾ ਸੁਣ ਕੇ ਮਾਮਾ ਜੀ ਉਸ ਨੂੰ ਮਿਲਣ ਉਹਨਾਂ ਦੇ ਘਰ ਆਏ। ਮਾਮਾ ਜੀ ਨੇ ਰਵੀ ਨੂੰ ਸਲਾਹ ਦਿੱਤੀ ਵੀ ਤੂੰ ਇੰਜੀਨੀਅਰਿੰਗ ਦਾ ਡਿਪਲੋਮਾ ਕਰ, ਵਧੀਆ ਨੌਕਰੀ ਮਿਲੂ ਅਤੇ ਮੇਰੇ ਕੋਲ ਆ ਆਪਣੇ ਸਰਟੀਫਿਕੇਟ ਲੈ ਕੇ, ਮੈਂ ਤੇਰੀ ਐਡਮਿਸ਼ਨ ਕਰਵਾਊਂਗਾ ਰੋਹਤਕ। ਰਵੀ ਨੇ ਨਾ ਕਰ ਦਿੱਤੀ। ਦਰਅਸਲ ਉਹ ਪਿੰਡ ਅਤੇ ਸਿਮਰ ਤੋਂ ਦੂਰ ਨਹੀਂ ਸੀ ਜਾਣਾ ਚਾਹੁੰਦਾ। ਮਾਮਾ ਜੀ ਉਸ ਨੂੰ ਆਪਣਾ ਐਡਰੈਸ ਦੇ ਗਏ ਅਤੇ ਕਹਿ ਗਏ ਜੇ ਮਨ ਬਣ ਜਾਵੇ ਤਾਂ ਬੇਝਿਜਕ ਚੱਲੇ ਆਓ। ਰਵੀ ਨੇ ਸਿਮਰ ਨੂੰ ਸਾਰੀ ਗੱਲ ਦੱਸੀ। ਇੱਕ ਵਾਰ ਤਾਂ ਸਿਮਰ ਨੇ ਵੀ ਨਾ ਦੇ ਦਿੱਤੀ, ਪਰ ਫਿਰ ਉਸ ਨੂੰ ਇਹ ਤਜਵੀਜ਼ ਵਧੀਆ ਲੱਗੀ। ਉਸ ਨੇ ਰਵੀ ਨੂੰ ਰੋਹਤਕ ਐਡਮਿਸ਼ਨ ਲੈਣ ਲਈ ਰਾਜ਼ੀ ਕਰ ਲਿਆ। ਆਪਣੇ ਤੀਸਰੇ ਸਾਲ ਦੇ ਰਿਜ਼ਲਟ ਤੋਂ ਪਹਿਲਾਂ ਹੀ ਰਵੀ ਰੋਹਤਕ ਜਾ ਕੇ ਆਪਣੇ ਦਸਵੀਂ ਦੇ ਸਰਟੀਫਿਕੇਟ ਮਾਮਾ ਜੀ ਨੂੰ ਦੇ ਆਇਆ ਸੀ। ਉਸ ਨੂੰ ਇਹ ਐਡਮਿਸ਼ਨ ਦਸਵੀਂ ਦੇ ਬੇਸ 'ਤੇ ਮਿਲਣੀ ਸੀ। ਰਵੀ ਆਪਣੀ ਮਾਂ ਨੂੰ ਬੇਹੱਦ ਪਿਆਰ ਕਰਦਾ ਸੀ। ਉਸ ਨੇ ਆਪਣੀ ਮਾਂ ਨੂੰ ਬਹੁਤ ਕਸ਼ਟ ਝੱਲਦੇ ਵੇਖਿਆ ਸੀ। ਰਵੀ ਨੇ ਸਾਰੇ ਪੈਸੇ ਮਾਂ ਨੂੰ ਦੇਣੇ, ਡੈਰੀ ਦੀ ਕਮਾਈ, ਸ਼ਹਿਰ ਵਾਲੇ ਮਕਾਨ ਦਾ ਕਿਰਾਇਆ ਅਤੇ ਬੀਜਾਂ ਤੋਂ ਚੰਗੀ ਆਮਦਨ। ਮਾਂ ਕੋਲ ਹੁਣ ਪੈਸੇ ਸੰਭਾਲੇ ਨਾ ਜਾਂਦੇ। 3 ਸਾਲ ਪਹਿਲਾਂ ਕਰਜ਼ੇ ਅਤੇ ਬਦਹਾਲੀ ਵਿੱਚ ਡੁੱਬੇ ਇਸ ਪਰਿਵਾਰ ਕੋਲ ਅੱਜ ਚੰਗੇ ਪੈਸੇ ਸਨ। ਰਵੀ ਹਰ ਗੱਲ ਦੀ ਸਲਾਹ ਮਾਂ ਨਾਲ ਕਰਦਾ। ਮਾਂ ਵੀ ਰਵੀ ਦੀ ਸਿਆਣਪ ਅਤੇ ਮਿਹਨਤ 'ਤੇ ਬਹੁਤ ਖੁਸ਼ ਸੀ। ਰਵੀ ਦੀ ਰੋਹਤਕ ਐਡਮਿਸ਼ਨ ਹੋ ਗਈ, ਪਰ ਕਾਲਜ ਦਾ ਅਜੇ ਰਿਜ਼ਲਟ ਨਹੀਂ ਸੀ ਆਇਆ। ਰਵੀ 2 ਚਿੱਤੀ ਵਿੱਚ ਸੀ, ਉਹ ਰੋਹਤਕ ਜਾ ਕੇ ਇੰਜੀਨੀਅਰਿੰਗ ਕਰੇ ਜਾਂ BA ਪੂਰੀ ਕਰੇ। ਰੋਹਤਕ ਜਾਣ ਦੇ ਹੱਕ ਵਿੱਚ ਉਹ ਇਸ ਲਈ ਵੀ ਨਹੀਂ ਸੀ ਕਿਉਂਕਿ ਉਹ ਮਾਂ ਤੋਂ ਦੂਰ ਹੋ ਜਾਵੇਗਾ। ਉਸ ਨੂੰ ਖੇਤੀ ਅਤੇ ਡੈਰੀ ਦਾ ਵੀ ਫਿਕਰ ਸੀ। ਉਹ ਸ਼ਹਿਰ ਗਿਆ। ਉਸ ਨੇ ਸਿਮਰ ਨਾਲ ਗੱਲ ਕੀਤੀ। ਸਿਮਰ ਨੇ ਉਸ ਨੂੰ ਰੋਹਤਕ ਜਾਣ ਦੀ ਸਲਾਹ ਦਿੱਤੀ, ਪਰ ਰਵੀ ਨੇ ਕਾਲਜ 'ਚ ਲਾਏ 3 ਸਾਲਾਂ ਦਾ ਬੇਕਾਰ ਜਾਣ ਦਾ ਬਹਾਨਾ ਬਣਾਇਆ। ਸਿਮਰ ਨੇ ਉਸ ਦਾ ਵੀ ਹਾਲ ਦੱਸਿਆ ਵੀ ਉਹ 4th ਸਾਲ ਦੀ ਪੜ੍ਹਾਈ ਪ੍ਰਾਈਵੇਟ ਪੇਪਰ ਦੇ ਕੇ ਵੀ ਪੂਰੀ ਕਰ ਸਕਦਾ ਹੈ। ਇੰਜੀਨੀਅਰਿੰਗ ਦੇ ਡਿਪਲੋਮੇ ਦੇ ਨਾਲ BA ਵੀ ਹੋ ਜਾਵੇਗੀ। ਸਭ ਨਾਲ ਸਲਾਹ ਕਰਨ ਤੋਂ ਬਾਅਦ ਰਵੀ ਨੇ ਰੋਹਤਕ ਜਾਣ ਦਾ ਫੈਸਲਾ ਕਰ ਲਿਆ। ਰੋਹਤਕ ਕੁਝ ਦਿਨ ਰਵੀ ਮਾਮਾ ਜੀ ਦੇ ਘਰ ਹੀ ਰਿਹਾ। ਮਾਮਾ ਜੀ ਦਾ ਛੋਟਾ ਜਿਹਾ ਘਰ ਸੀ, 2 ਕਮਰੇ ਥੱਲੇ ਅਤੇ 1 ਜੁਬਾਰਾ। ਮਾਮਾ ਜੀ ਦੇ 4 ਬੱਚੇ ਸਨ, 2 ਕੁੜੀਆਂ ਅਤੇ 2 ਮੁੰਡੇ। ਦੋਨੋਂ ਮੁੰਡੇ ਕੁੜੀਆਂ ਤੋਂ ਛੋਟੇ ਸਨ। ਇੱਕ ਕੁੜੀ ਮਾਮਾ ਜੀ ਦੇ ਵੱਡੇ ਭਰਾ ਦੀ ਵੀ ਉਹਨਾਂ ਕੋਲ ਪੜ੍ਹਦੀ ਸੀ। ਮਾਮੀ ਜੀ ਰਵੀ ਜਿਸ ਨੂੰ ਆਂਟੀ ਕਹਿੰਦਾ ਸੀ ਦਾ ਸੁਭਾਅ ਵੀ
ਬਹੁਤ ਚੰਗਾ ਸੀ। ਰਵੀ ਇੱਕ ਹਫ਼ਤਾ ਇਹਨਾਂ ਦੇ ਘਰ ਰਿਹਾ। ਰਵੀ ਨੇ ਹੋਸਟਲ ਵਿੱਚ ਕਮਰਾ ਲੈ ਲਿਆ। ਉਸ ਨੇ ਹਫ਼ਤੇ ਬਾਅਦ ਪਿੰਡ ਜਾਣਾ ਸੀ, ਨਾਲੇ ਆਪਣਾ ਬਿਸਤਰਾ ਵਗੈਰਾ ਲੈ ਕੇ ਆਉਣਾ ਸੀ। ਰੋਹਤਕੋਂ ਤੋਂ ਰਾਤ ਨੂੰ 9 ਵਜੇ ਗੱਡੀ ਚੱਲਦੀ ਸੀ, ਜੋ ਸਵੇਰੇ 4 ਵਜੇ ਰਵੀ ਦੇ ਸ਼ਹਿਰ ਪਹੁੰਚਦੀ ਸੀ। ਉੱਥੇ 5 ਵਜੇ ਰਵੀ ਦੇ ਪਿੰਡ ਵਾਲੀ ਗੱਡੀ ਚੱਲਦੀ ਅਤੇ ਰਵੀ 6 ਵਜਦੇ ਨੂੰ ਪਿੰਡ ਪਹੁੰਚ ਗਿਆ। ਰਵੀ ਨੂੰ ਇਹ ਗੱਲ ਵਧੀਆ ਲੱਗੀ ਕਿ ਉਹ ਰਾਤੋ ਰਾਤ ਪਿੰਡ ਆ ਸਕਦਾ। ਪਿੰਡ ਆ ਕੇ ਉਸਨੇ ਇੱਕ ਰਜਿਸਟਰ ਲਾਇਆ। ਉਸ ਵਿੱਚ ਉਸਨੇ 15 ਦਿਨਾਂ ਦਾ ਫਸਲ ਦਾ ਸਾਰਾ ਕੰਮ ਤਰੀਕ ਵਾਈਜ਼ ਲਿਖ ਦਿੱਤਾ। ਉਸ ਤੋਂ ਬਾਅਦ ਉਸਨੇ ਆਪਣੇ ਛੋਟੇ ਭਰਾ, ਜੋ 9ਵੀਂ ਦਾ ਵਿਦਿਆਰਥੀ ਸੀ, ਨੂੰ ਹਿਦਾਇਤ ਕੀਤੀ ਵੀ ਉਹ ਹਰ ਰੋਜ਼ ਸਵੇਰੇ ਰਜਿਸਟਰ ਵੇਖ ਕੇ ਸੀਰੀਆਂ ਨੂੰ ਕੰਮ ਸਮਝਾ ਦੇਵੇ। ਉਸ ਸ਼ਹਿਰ ਗਿਆ, ਸਿਮਰ ਨੂੰ ਮਿਲਿਆ ਅਤੇ ਮਾਮਾ ਜੀ ਦਾ ਐਡਰੈਸ ਦੇ ਦਿੱਤਾ ਤਾਂ ਜੋ ਸਿਮਰ ਚਿੱਠੀ ਲਿਖ ਸਕੇ। ਰਵੀ ਨੇ ਆਪਣਾ ਸਮਾਨ ਲਿਆ ਅਤੇ ਰੋਹਤਕ ਦੀ ਵਾਪਸੀ ਕਰ ਦਿੱਤੀ। ਰਵੀ ਦੇ ਪਿੰਡ ਵੀ ਰਾਤ ਨੂੰ 7 ਵਜੇ ਗੱਡੀ ਆਉਂਦੀ ਸੀ, ਜੋ 8 ਵਜੇ ਸ਼ਹਿਰ ਪਹੁੰਚ ਜਾਂਦੀ। ਉੱਥੋਂ ਰਾਤ ਨੂੰ 9 ਵਜੇ ਦਿੱਲੀ ਵਾਲੀ ਗੱਡੀ ਚੱਲਦੀ ਸੀ, ਜੋ ਸਵੇਰੇ 6 ਵਜੇ ਰੋਹਤਕ ਪਹੁੰਚ ਜਾਂਦੀ ਸੀ। ਜਾਣੀ ਰਾਤੋ ਰਾਤ ਉਹ ਪਿੰਡੋਂ ਰੋਹਤਕ ਅਤੇ ਰੋਹਤਕ ਤੋਂ ਪਿੰਡ ਆ ਸਕਦਾ ਸੀ। ਰਵੀ ਹੋਸਟਲ ਵਾਲੇ ਕਮਰੇ ਵਿੱਚ ਪਹੁੰਚਿਆ। ਹੋਸਟਲ ਦੇ ਕਮਰੇ 'ਚ ਗੰਗਾਨਗਰ ਤੋਂ ਬਲਦੇਵ ਬਰਾੜ ਉਸ ਦਾ ਰੂਮਮੇਟ ਸੀ। ਹੋਸਟਲ ਵਿੱਚ ਗੰਗਾਨਗਰ ਅਤੇ ਪੰਜਾਬ ਤੋਂ ਆਏ ਮੁੰਡੇ ਹੀ ਜ਼ਿਆਦਾ ਸਨ। ਰਵੀ ਦੀ 1-2 ਦਿਨਾਂ ਵਿੱਚ ਸਭ ਨਾਲ ਦੋਸਤੀ ਹੋ ਗਈ। ਰਵੀ ਦਾ ਦਿਲ ਨਹੀਂ ਸੀ ਲੱਗ ਰਿਹਾ। ਉਸ ਨੂੰ ਮਾਂ ਯਾਦ ਆਉਂਦੀ, ਕਦੇ ਉਸ ਨੂੰ ਸਿਮਰ ਦਾ ਚਿਹਰਾ ਦਿਖਦਾ। 1-2 ਦਿਨਾਂ ਵਿੱਚ ਬਾਕੀ ਸਾਥੀਆਂ ਨਾਲ ਉਸ ਦਾ ਮਨ ਲੱਗ ਗਿਆ। ਇੱਕ ਦਿਨ ਅਚਾਨਕ ਹੋਸਟਲ ਵਿੱਚ ਰੌਲਾ ਪੈ ਗਿਆ, ਪੈਰੋਂ ਸਿੰਘ ਆ ਗਿਆ, ਪੈਰੋਂ ਸਿੰਘ ਆ ਗਿਆ ਦਾ ਰੌਲਾ ਪੈ ਰਿਹਾ ਸੀ। ਰਵੀ ਅਤੇ ਬਲਦੇਵ ਨੂੰ ਕੋਈ ਸਮਝ ਨਾ ਆਈ ਵੀ ਇਹ ਪੈਰੋਂ ਸਿੰਘ ਕੌਣ ਹੈ। ਪੈਰੋਂ ਸਿੰਘ ਨੇ ਸਾਰੇ ਨਵੇਂ ਮੁੰਡਿਆਂ ਨੂੰ ਹੋਸਟਲ ਦੀ ਮੈੱਸ ਵਿੱਚ ਇਕੱਠਾ ਕਰ ਲਿਆ। ਰਵੀ ਉਹਨਾਂ 'ਚੋਂ ਸਭ ਤੋਂ ਵੱਡਾ ਸੀ, ਕਿਉਂਕਿ ਬਾਕੀ ਬੱਚੇ 10ਵੀਂ ਤੋਂ ਬਾਅਦ ਸਿੱਧੇ ਆ ਗਏ ਸਨ, ਪਰ ਰਵੀ 3 ਸਾਲ ਕਾਲਜ ਲਾ ਕੇ ਆਇਆ ਸੀ। ਪੈਰੋਂ ਸਿੰਘ, ਜੋ ਇੱਕ ਲੰਬੇ ਕੱਦ ਦਾ ਸਿਹਤਮੰਦ ਨੌਜਵਾਨ ਸੀ, ਉਹ ਕੁਰਸੀ 'ਤੇ ਬੈਠਾ ਸੀ ਅਤੇ ਨਾਲ ਉਸ ਦੇ 2 ਹੋਰ ਸਾਥੀ ਸਨ। ਉਸਨੇ ਇੱਕ ਬਟਨ ਵਾਲਾ ਵੱਡਾ ਚਾਕੂ ਕੱਢ ਕੇ ਸਾਹਮਣੇ ਪਏ ਟੇਬਲ 'ਤੇ ਰੱਖਿਆ ਹੋਇਆ ਸੀ। ਉਸ ਦੇ ਇੱਕ ਸਾਥੀ ਨੇ ਸਾਰੇ ਮੁੰਡਿਆਂ ਨੂੰ, ਜੋ ਜ਼ਿਆਦਾਤਰ ਪੰਜਾਬੀ ਸਨ, ਹੁਕਮ ਕੀਤਾ ਵੀ ਸਾਰੇ 50-50 ਰੁਪਏ ਕੱਢ ਕੇ ਟੇਬਲ 'ਤੇ ਰੱਖ ਦਿਓ। ਸਾਰੇ ਮੁੰਡਿਆਂ ਨੇ 50-50 ਕੱਢੇ ਅਤੇ ਟੇਬਲ 'ਤੇ ਰੱਖ ਦਿੱਤੇ। ਰਵੀ ਨੇ ਵੀ ਰੱਖ ਦਿੱਤੇ। ਭੈਰੋ ਸਿੰਘ ਅਤੇ ਉਸਦੇ ਸਾਥੀ ਪੈਸੇ ਲੈ ਕੇ ਚਲੇ ਗਏ, ਪਰ ਨਾਲ ਹੀ ਨਾਲ ਇਹ ਕਹਿ ਗਏ ਕਿ ਉਹ ਹਰ ਮਹੀਨੇ ਆਇਆ ਕਰਨਗੇ। ਰਵੀ ਨੂੰ ਇਹ ਫਿਲਮਾਂ ਵਾਲਾ ਹਫ਼ਤਾ ਵਸੂਲੀ ਹੀ ਲੱਗਿਆ। ਉਸਨੇ ਸਾਰੇ ਮੁੰਡਿਆਂ ਨੂੰ ਇਕੱਠੇ ਕਰਕੇ ਇਸ ਗੁੰਡਾਗਰਦੀ ਦੇ ਖਿਲਾਫ਼ ਖੜ੍ਹੇ ਹੋਣ ਲਈ ਕਿਹਾ, ਪਰ ਬਹੁਤਿਆਂ ਦੀ ਰਾਏ ਵੀ ਸੀ ਕਿ ਆਪਾਂ ਪਰਦੇਸ ਬੈਠੇ ਹਾਂ, ਪੜ੍ਹਾਈ ਅਤੇ ਰੋਟੀ ਪਾਣੀ 'ਤੇ ਇੰਨੇ ਪੈਸੇ ਖਰਚ ਕਰ ਰਹੇ ਹਾਂ, ਜੇ ਇਹ 50 ਲੈ ਜਾਂਦਾ ਫਿਰ ਕੀ ਹੈ, ਇਹ ਸਮਝ ਲਵਾਂਗੇ ਹੋਸਟਲ ਫੀਸ 50 ਰੁਪਈਏ ਵੱਧ ਹੈ, ਕਾਹਨੂੰ ਲੜਾਈ ਪਾਉਣੀ ਆ। ਪਰ ਰਵੀ ਦੀ ਰਾਏ ਉਲਟ ਸੀ, ਉਹ ਗੁੰਡਾਗਰਦੀ ਦੇ ਖਿਲਾਫ਼ ਸੀ। ਉਸਨੇ ਆਪਣੇ ਭਾਸ਼ਣ ਦੁਆਰਾ ਉਹਨਾਂ ਨੂੰ ਇਸ ਦੀ ਵਿਰੋਧਤਾ ਕਰਨ ਲਈ ਪ੍ਰੇਰਿਆ। 15 ਦਿਨਾਂ 'ਚ ਰਵੀ ਨੂੰ ਸਿਮਰ ਦੀਆਂ 3 ਚਿੱਠੀਆਂ ਮਿਲੀਆਂ। ਰਵੀ ਨੇ 15 ਦਿਨਾਂ ਬਾਅਦ ਪਿੰਡ ਜਾਣਾ ਹੀ ਸੀ।
ਕਿਉਂਕਿ ਉਹ ਰਜਿਸਟਰ 'ਤੇ ਸਿਰਫ 15 ਦਿਨਾਂ ਦਾ ਕੰਮ ਹੀ ਲਿਖ ਕੇ ਆਇਆ ਸੀ। ਉਹ ਪਿੰਡ ਆਇਆ, ਉਸ ਨੇ ਰਜਿਸਟਰ 'ਤੇ ਅਗਲੇ 15 ਦਿਨਾਂ ਦਾ ਕੰਮ ਲਿਖਿਆ, ਖੇਤ ਗਿਆ, ਸਾਰੇ ਚੱਕਰ ਲਾ ਕੇ ਆਇਆ, ਡੈਰੀ ਦਾ ਹਿਸਾਬ ਵੀ ਕੀਤਾ। ਅਗਲੇ ਦਿਨ ਉਹ ਸ਼ਹਿਰ ਸਿਮਰ ਨੂੰ ਮਿਲਦਾ ਹੋਇਆ ਰਾਤ ਦੀ ਗੱਡੀ ਦੁਆਰਾ ਰੋਹਤਕ ਪਹੁੰਚ ਗਿਆ। ਰਵੀ ਦਾ ਕਾਲਜ ਦਾ ਰਿਜ਼ਲਟ ਆ ਗਿਆ ਸੀ, ਉਹ ਚੰਗੇ ਨੰਬਰਾਂ ਵਿੱਚ ਪਾਸ ਹੋ ਗਿਆ ਸੀ। ਸਭ ਤੋਂ ਵਧੀਆ ਖਬਰ ਇਹ ਵੀ ਸੀ ਮਨਜੀਤ ਅਤੇ ਸਿਮਰ BA ਕਰ ਗਈਆਂ, ਉਹਨਾਂ ਦੇ ਨੰਬਰ ਵੀ ਚੰਗੇ ਆਏ। ਰਵੀ ਨੇ ਬਹੁਤ ਜ਼ੋਰ ਲਾਇਆ ਵੀ ਸਿਮਰ MA 'ਚ ਦਾਖਲਾ ਲੈ ਲਵੇ, ਪਰ ਸਿਮਰ ਨੇ ਸਾਫ਼ ਮਨ੍ਹਾ ਕਰ ਦਿੱਤਾ। ਰਵੀ ਬਿਨਾਂ ਉਸ ਨੂੰ ਕਾਲਜ ਹੁਣ ਚੰਗਾ ਨਹੀਂ ਸੀ ਲੱਗਦਾ, ਪਰ ਮਨਜੀਤ ਨੇ MA 'ਚ ਐਡਮਿਸ਼ਨ ਲੈ ਲਈ। ਸਿਮਰ ਦੇ ਭਰਾ ਦੀ ਬਦਲੀ ਫਿਰ ਇੱਥੋਂ ਦੀ ਹੋ ਗਈ ਅਤੇ ਉਹ ਪਰਿਵਾਰ ਸਮੇਤ ਵਾਪਸ ਸਿਮਰ ਅਤੇ ਉਸ ਦੀ ਮਾਂ ਨਾਲ ਰਹਿਣ ਲੱਗ ਗਿਆ। ਸਿਮਰ ਲਈ ਇਹ ਮੁਸ਼ਕਲ ਵਕਤ ਸੀ, ਉਸ ਦੇ ਮੁਹੱਲੇ ਦੇ 2-3 ਛੋਟੇ ਬੱਚਿਆਂ ਨੂੰ ਘਰੋਂ ਸੱਦ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਹ ਹਰ ਰੋਜ਼ ਰਵੀ ਨੂੰ ਚਿੱਠੀ ਲਿਖਦੀ, ਇੰਨੀਆਂ ਚਿੱਠੀਆਂ ਵੇਖ ਆਂਟੀ ਵੀ ਹੈਰਾਨ ਸੀ ਵੀ ਹਰ ਤੀਜੇ ਦਿਨ ਰਵੀ ਦੀ ਚਿੱਠੀ ਆਉਂਦੀ ਹੈ। ਉੱਧਰ ਮਹੀਨੇ ਬਾਅਦ ਪੈਰੋਂ ਸਿੰਘ ਦਾ ਵੀ ਆ ਗਿਆ, ਪਰ ਇਸ ਵਾਰ ਪੈਰੋਂ ਸਿੰਘ ਨੂੰ ਹੋਸਟਲ ਆਉਣਾ ਮਹਿੰਗਾ ਪਿਆ। ਰਵੀ ਨੇ ਮੁੰਡਿਆਂ ਨੂੰ ਵਿਰੋਧ ਲਈ ਤਿਆਰ ਕਰ ਲਿਆ ਸੀ, ਉਹਨਾਂ ਹਾਕੀਆਂ ਆਪਣੇ ਕਮਰੇ ਵਿੱਚ ਰੱਖੀਆਂ ਹੋਈਆਂ ਸਨ। ਰਵੀ ਨੇ ਪੈਰੋਂ ਸਿੰਘ ਦਾ ਚਾਕੂ ਟੇਬਲ ਤੋਂ ਚੱਕ ਕੇ ਪੈਰੋਂ ਸਿੰਘ ਦੇ ਐਸੀ ਚਪੇੜ ਮਾਰੀ ਕਿ ਉਸ ਨੂੰ ਚੱਕਰ ਆ ਗਿਆ ਅਤੇ ਉਹ ਕੁਰਸੀ 'ਤੇ ਥੱਲੇ ਡਿੱਗ ਪਿਆ। ਬਾਕੀ ਦੇ 2 ਸਾਥੀਆਂ ਨੂੰ ਮੁੰਡਿਆਂ ਨੇ ਹਾਕੀਆਂ ਨਾਲ ਚੰਗਾ ਸਬਕ ਸਿਖਾਇਆ, ਉਹਨਾਂ ਭੱਜਣ ਵਿੱਚ ਹੀ ਬਿਹਤਰੀ ਸਮਝੀ। ਭੱਜੇ ਜਾਂਦੇ ਪੈਰੋਂ ਸਿੰਘ ਨੂੰ ਰਵੀ ਨੇ ਗਲੋਂ ਫੜ ਉਸਦਾ ਚਾਕੂ ਉਸਦੀ ਜੇਬ ਵਿੱਚ ਪਾ ਦਿੱਤਾ ਅਤੇ ਉਸ ਨੂੰ ਦੁਬਾਰਾ ਹੋਸਟਲ ਨਾ ਆਉਣ ਦੀ ਸਲਾਹ ਦਿੱਤੀ। ਇਹ ਕੰਮ ਮੁੰਡਿਆਂ ਨੇ ਰਵੀ ਦੇ ਪਿੱਛੇ ਲੱਗ ਕਰ ਤਾਂ ਲਿਆ, ਪਰ ਡਰ ਇਹ ਵੀ ਸੀ ਪੈਰੋਂ ਸਿੰਘ ਕਿਧਰੇ ਹੋਰ ਮੁੰਡੇ ਲੈ ਕੇ ਵਾਪਸ ਨਾ ਆ ਜਾਵੇ। ਪਰ ਰਵੀ ਨੇ ਉਹਨਾਂ ਨੂੰ ਹੌਸਲਾ ਦਿੱਤਾ ਵੀ ਆਪਾਂ ਇੰਨੇ ਜਣੇ ਹਾਂ, ਉਹ ਆਪਣਾ ਕੀ ਕਰ ਦੇਵੇਗਾ। ਕਈ ਦਿਨ ਉਡੀਕਣ ਤੋਂ ਬਾਅਦ ਵੀ ਪੈਰੋਂ ਸਿੰਘ ਵਾਪਸ ਨਾ ਆਇਆ। ਰਵੀ ਹੁਣ ਸਾਰੇ ਮੁੰਡਿਆਂ ਦਾ ਲੀਡਰ ਸੀ। ਪੜ੍ਹਾਈ ਦੇ ਨਾਲ ਨਾਲ ਰਵੀ 15 ਦਿਨਾਂ ਤੋਂ ਪਿੰਡ ਜਾਣਾ ਨਾ ਭੁੱਲਿਆ। ਸਿਮਰ ਦੀ ਚਿੱਠੀ ਪੜ੍ਹਨੀ ਅਤੇ ਉਸ ਦਾ ਜਵਾਬ ਦੇਣਾ, ਇਹ ਉਸ ਦਾ ਰੂਟੀਨ ਬਣ ਗਿਆ ਸੀ। ਉਸ ਦੇ ਪਹਿਲੇ ਸਮੈਸਟਰ ਦੇ ਪੇਪਰ ਆ ਗਏ। ਇੱਥੇ ਸਮੈਸਟਰ ਸਿਸਟਮ ਸੀ, ਨਵੰਬਰ ਅਤੇ ਮਈ ਵਿੱਚ ਪੇਪਰ ਹੁੰਦੇ ਸਨ। ਪੇਪਰ ਦੇ ਕੇ ਰਵੀ 1 ਮਹੀਨੇ ਲਈ ਪਿੰਡ ਆ ਗਿਆ। ਉਸ ਨੇ ਆਪਣੇ ਨਰਮੇ ਦੀ ਫਸਲ ਸਾਂਭਣ ਦੇ ਨਾਲ ਨਾਲ ਹਾੜੀ ਦੀ ਬਿਜਾਈ ਵੀ ਕਰਵਾਈ। ਉੱਧਰ ਸਿਮਰ ਨੇ ਬਿਨਾਂ ਕੁਝ ਕੀਤੇ 6 ਮਹੀਨੇ ਕੱਢ ਲਏ। ਰਵੀ ਨੂੰ ਯਾਦ ਕਰਨ ਤੋਂ ਸਿਵਾਏ ਉਸ ਕੋਲ ਹੋਰ ਕੋਈ ਕੰਮ ਨਹੀਂ ਸੀ। ਇੱਕ ਦਿਨ ਉਸ ਦਾ ਕਾਲਜ ਜਾਣ ਦਾ ਜੀ ਕੀਤਾ, ਉਹ ਮਨਜੀਤ ਨੂੰ ਮਿਲਣ ਕਾਲਜ ਚਲੀ ਗਈ। ਕਾਲਜ ਆ ਕੇ ਤਾਂ ਉਸ ਦਾ ਮਨ ਹੋਰ ਵੀ ਉਦਾਸ ਹੋ ਗਿਆ। ਉਸ ਨੂੰ ਰਵੀ ਨਾਲ ਬਿਤਾਏ ਪਲ ਯਾਦ ਆ ਗਏ, ਉਸ ਦਾ ਜਮਾਂ ਜੀ ਨਾ ਲੱਗਿਆ ਅਤੇ ਉਹ ਜਲਦੀ ਵਾਪਸ ਆ ਗਈ। ਉਸ ਨੇ ਖਾਣਾ ਪੀਣਾ ਘੱਟ ਕਰ ਦਿੱਤਾ। ਉਸ ਦੇ ਚਿਹਰੇ ਤੋਂ ਮਨ ਦੀ ਉਦਾਸੀ ਸਾਫ਼ ਦਿਖਦੀ ਸੀ। ਰਵੀ ਉਸ ਨੂੰ ਮਿਲਣ ਆਇਆ। ਉਸ ਦੀ ਇਹ ਹਾਲਤ ਵੇਖ ਉਸ ਨੂੰ ਵੀ ਚਿੰਤਾ ਹੋਈ। ਉਸ ਨੇ ਇਸ ਦਾ ਕਾਰਨ ਪੁੱਛਿਆ ਤਾਂ ਸਿਮਰ ਨੇ ਕਿਹਾ, ਤੇਰਾ ਵਿਛੋੜਾ ਹੈ ਇਸ ਦਾ ਕਾਰਨ, ਮੈਂ ਤੇਥੋਂ ਦੂਰ ਨਹੀਂ ਰਹਿ ਸਕਦੀ, ਤੂੰ ਮੈਨੂੰ ਵੀ ਆਪਣੇ ਨਾਲ ਲੈ ਜਾ, ਮੈਂ ਵੀ ਡਿਪਲੋਮਾ ਕਰ ਲਊਂਗੀ। ਉਸ ਦੀ ਗੱਲ ਸੁਣ ਕੇ ਰਵੀ ਨੂੰ ਹਾਸਾ ਆ ਗਿਆ।
ਕਮਲੀਏ ਇਹ ਸਿਰਫ ਮੁੰਡਿਆਂ ਲਈ ਹੈ ਡਿਪਲੋਮਾ। ਰਵੀ ਨੇ ਉਸ ਨੂੰ ਹੌਸਲਾ ਦਿੱਤਾ ਪਰ ਸਿਮਰ ਨੂੰ ਹੌਸਲਾ ਨਹੀਂ, ਉਸ ਦਾ ਸਾਥ ਚਾਹੀਦਾ ਸੀ। ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ੍ਹ ਨੂੰ ਪੇਸ਼ ਕੀਤਾ ਜਾਵੇਗਾ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।